ਗੁਰਦੁਆਰਾ ਸਾਹਿਬ 'ਚ ਨਹੀਂ ਸਾਨੂੰ ਵੜਨ ਦਿੱਤਾ ਇਹਨਾਂ ਨੇ ਅਤੇ ਹੁਣ ਜਾਵਾਂਗੇ ਅਸੀਂ ਅਰਦਾਸ ਉੱਥੇ ਹੀ ਹੋਊਗੀ ਪਰ ਪਹਿਲਾਂ ਤੁਹਾਡਾ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਕੀ ਕੰਮ ਸੀ ਵੀ ਗੁਰਦੁਆਰੇ ਵੀ ਨਹੀਂ ਜਾਣ ਦੇਣਾ ਜੀ ਅਸੀਂ ਸਿੱਖਾਂ ਨੂੰ ਇਹ ਨੇ ਸਾਡੇ ਇੱਥੇ ਮਨੁੱਖੀ ਅਧਿਕਾਰ ਇਹਨਾਂ ਕਿੱਥੋਂ ਸਾਡੀ ਰਾਖੀ ਕਰਨੀ ਹੈ ਕਹਿੰਦੇ ਪੁਲਿਸ ਰਾਖੀ ਵਾਸਤੇ ਹੁੰਦੀ ਇਹ ਕਿਹੜੇ ਪਾਸਿਓਂ ਰਾਖੀ ਕਰਨ ਡੇ ਮੈਨੂੰ ਦੱਸੋ ਇਹੋ ਜਿਹੇ ਹਾਲਾਤ ਜਿਹੜੇ ਆ ਅਸੀਂ ਨਹੀਂ ਬਣਾਉਣਾ ਚਾਹੁੰਦੇ ਗੁਰਦੁਆਰਾ ਸਾਹਿਬ ਅਰਦਾਸ ਕਰਨੀ ਸੀ ਉੱਥੋਂ ਚੱਲ ਕੇ ਅਤੇ ਐਸ ਚੌਂਕ 'ਚ ਆਉਣਾ ਸੀ ਮਸਾਂ 300 ਮੀਟਰ ਸੀ ਅਤੇ ਤੁਸੀਂ ਜਿਹੜਾ ਮਾਨਸਾ ਆਉਂਦਿਆਂ ਉਹਨੂੰ ਉਧਰਲੇ ਪਾਸੇ ਡੱਕ ਲਿਆ ਜਿਹੜਾ ਮੋਗਾ ਆਉਂਦਿਆਂ ਤੁਸੀਂ ਥਰਮਨਾਲ 'ਤੇ ਡੱਕ ਲਿਆ ਜੇ ਕੋਈ ਵਿਚਾਰਾ ਗੁਰਦੁਆਰਾ ਸਾਹਿਬ ਆ ਗਿਆ ਤੁਸੀਂ ਚੁੱਕ ਚੁੱਕ ਕੇ ਗੱਡੀਆਂ ਬਾਲ ਕੇ ਆਪਣੇ ਨਾਲ ਲੈ ਗਏ ਹੋ ਅਤੇ ਅਜੇ ਵੀ ਤੁਹਾਡੇ ਕੋਲ ਹੈਗੇ ਨੇ ਬੰਦੇ ਉਹ ਛੱਡੇ ਜਾਣ ਅਸੀਂ ਇੱਥੇ ਆਪਣੇ ਬੰਦੀ ਸਿੰਘਾਂ ਦੀ ਗੱਲ ਕਰਨਾ ਹੈ ਵੀ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਤੁਸੀਂ ਜਿਹੜੇ ਇੱਥੇ ਵਿਚਾਰੇ ਉਹਨਾਂ ਦੀ ਗੱਲ ਕਰਨਾ ਹੈ ਉਹਨਾਂ ਨੂੰ ਚੁੱਕ ਕੇ ਜੇਲ੍ਹਾਂ 'ਚ ਤੋਂ ਨਹੀਂ ਜਾਂਦੇ ਜੇ ਇਹ ਕਿੱਥੋਂ ਦਾ ਤੁਸੀਂ ਇਨਸਾਫ ਕਰ ਦੇਣਾ ਸੋ ਆਪਣੇ ਲੋਕਾਂ ਦੇ ਲਈ ਖੜਨਾ ਸਾਡਾ ਹੱਕ ਆ ਅਤੇ ਇਕੱਲਾ ਸਾਡਾ ਹੀ ਨਹੀਂ ਗਾ ਤੁਸੀਂ ਕੋਈ ਯੂਪੀ ਬਿਹਾਰ ਤੋਂ ਨਹੀਂ ਆਏ ਪੁਲਿਸ ਵਾਲੇ ਭਰਾਵੋ ਤੁਹਾਡੇ ਸਾਡੇ ਹੀ ਆ ਤੁਹਾਡੇ ਕਰਕੇ ਹੀ ਗਏ ਆ ਜੇਲ੍ਹਾਂ ਦੇ ਵਿੱਚ ਕਿਹਦੇ ਨਾਲ ਵੱਟ ਬੰਨੇ ਦਾ ਰੌਲਾ ਹੈ ਮੈਨੂੰ ਦੱਸੋ ਜਗਤਾਰ ਸਿੰਘ ਬਾਰੇ ਦਾ ਕਿਹਦੇ ਹੱਕਾਂ ਲਈ ਗਿਆ ਮੈਨੂੰ ਦੱਸੋ ਸਾਨੂੰ ਲੱਥੀ ਚੜ੍ਹੀ ਨਹੀਂ ਕੋਈ ਹੈਗੀ ਅਸੀਂ ਸਿਰਫ ਹਰ ਵਾਰ ਦਿੱਲੀ ਦੇ ਹੱਥ ਖੋ ਕੇ ਬਣਨਾ ਹੁੰਦਾ ਅਸੀਂ ਕਦੀ ਪੁਲਿਸ ਪ੍ਰਸ਼ਾਸਨ ਦੇ ਨਾਲ ਨਹੀਂ ਉਲਝੇ ਹਮੇਸ਼ਾ ਇਹਨਾਂ ਨੂੰ ਜੀ ਕਰਕੇ ਬੋਲਿਆ ਇਹ ਮੰਨ ਕੇ ਸਾਡੇ ਘਰਾਂ 'ਚੋਂ ਨੇ ਸਾਡੇ ਭਰਾ ਨੇ ਪਰ ਇਹਨਾਂ ਨੇ ਹਰ ਵਾਰ ਉਲਟੇ ਪਾਸੇ ਖਲੋਤੇ ਜਾ ਕੇ ਅੱਜ ਵੀ ਅਸੀਂ ਤੁਹਾਨੂੰ ਕਹਿੰਦੇ ਹਾਂ ਥੋੜ੍ਹੀ ਬਹੁਤੀ ਆਪਣੇ ਅੰਦਰ ਝਾਤ ਮਾਰੋ ਹੈ ਥੋੜ੍ਹਾ ਬਹੁਤਾ ਜ਼ਮੀਰ ਜਾਗਦਾ ਅਤੇ ਕਿਤੇ ਦੇ ਆਪਣੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਦੇ ਨਾਲ ਖੜ ਜਾ ਕਰੋ ਕਿ ਹਰ ਵਾਰ ਦਿੱਲੀ ਦਾ ਜੋ ਤੁਹਾਨੂੰ ਹੁਕਮ ਆ ਗਿਆ ਉਹੀ ਵਜਾਉਣਾ ਹੁੰਦਾ ਕਿ 50,000 ਰੁਪਈਆ ਤੁਹਾਡੇ ਹਰ ਮਹੀਨੇ ਜੇਬ 'ਚ ਡਿੱਗਣਾ ਅਤੇ ਇਸ ਕਰਕੇ ਤੁਸੀਂ ਹਰ ਵਾਰ ਉਹਨਾਂ ਦੇ ਹੀ ਹੁਕਮ ਵਜਾਉਣੇ ਕੋਈ ਤਾਂ ਮਾੜੀ ਮੋਟੀ ਯਾਰ ਸ਼ਰਮ ਕਰੋ ਥੋੜ੍ਹੀ ਬਹੁਤੀ ਕਰੋ ਸੋ ਚਲੋ ਜੋ ਤੁਸੀਂ ਅੱਜ ਕੀਤਾ ਤੁਹਾਡਾ ਧੰਨਵਾਦ ਮੈਂ ਮੰਨਦਾ ਤੁਹਾਡੇ ਬਹੁਤ ਸਾਰੇ ਬੰਦਾਂ ਦੇ ਅੰਦਰ ਇਹ ਗੱਲ ਹੋਣੀ ਹੈ ਕਿ ਭਰਾਓ ਅਸੀਂ ਦੇ ਹੁਕਮ ਦੇ ਬੱਚੇ ਸੀ ਜੋ ਸਾਨੂੰ ਕਿਹਾ ਕਰਨਾ ਅਸੀਂ ਕਰਤਾ ਚਲੋ ਤੁਸੀਂ ਜੋ ਕਰਨਾ ਸੀ ਕਰ ਲਿਆ ਪਰ ਜੋ ਸਾਡਾ ਅਸੀਂ ਗੱਲ ਕਹਿਣੀ ਚਾਹੁੰਦੇ ਹਾਂ ਨਾ ਤੁਸੀਂ ਉੱਥੇ ਮੋਹਰ ਲਾਈ ਆ ਵੀ ਇੰਡੀਆ ਦੇ ਵਿੱਚ ਕੋਈ ਮਨੁੱਖੀ ਅਧਿਕਾਰ ਨਹੀਂ ਹੈਗੇ ਸਾਡੇ ਆ ਬੰਦੇ ਜੇਲ੍ਹਾਂ ਦੇ ਵਿੱਚ ਨੇ ਮੈਂ ਬਹੁਤੀ ਲੰਮੀ ਚੌੜੀ ਗੱਲ ਨਹੀਂ ਕਰਨੀ ਜਿੰਨੀ ਕੁ ਗੱਲ ਜਿਹੜੀ ਆ ਦੋ ਤਿੰਨ ਇਸ਼ੂ ਦੇ ਉੱਤੇ ਤੁਹਾਡੇ ਨਾਲ ਕਰਨੀ ਚਾਹੁੰਦਾ ਪਹਿਲਾਂ ਸਭ ਤੋਂ ਇਹੋ ਕਰ ਲਈਏ ਜਿਹੜੀ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਫੜੋ ਫੜਾਈ ਕੀਤੀ ਹੈ ਅਸੀਂ ਮੰਨਦੇ ਹਾਂ ਕਿ ਇਹ ਸਾਡੇ ਯੋਧੇ ਨੇ ਇਹਨਾਂ ਨੇ ਜੋ ਕੰਮ ਕੀਤਾ ਉਹ ਵੀ ਉਹ ਕਹਿੰਦੇ ਨੇ ਵੀ ਅਸੀਂ ਉਹ ਕੀਤਾ ਆ ਉਸ ਸਮੇਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲਾ ਮੁੱਖ ਮੰਤਰੀ ਜੇ ਉਹਨੂੰ ਮਾਰਿਆ ਆ ਤੇ ਉਹ ਮੰਨਦੇ ਨੇ ਨਾ ਮਾਰਿਆ ਅਸੀਂ ਵੀ ਮੰਨਦੇ ਹਾਂ ਮਾਰਿਆ ਕਿਉਂ ਮਾਰਨਾ ਪਿਆ ਕਿਉਂਕਿ ਜਿੰਨੇ ਮਨੁੱਖੀ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਕਰਨੀਆਂ ਸੀ ਉਹ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਲੱਗ ਪਿਆ ਸਾਡੇ ਨੌਜਵਾਨਾਂ ਨੂੰ ਫੜ ਫੜ ਕੇ ਸ਼ਰਿਆਂ ਉਹਨਾਂ ਦੇ ਇਨਕਾਊਂਟਰ ਕੀਤੇ ਗਏ ਬਹੁਤ ਸਾਰੇ ਇਹੋ ਜਿਹੇ ਜਿਨ੍ਹਾਂ ਨੂੰ ਲਾਪਤਾ ਹੀ ਕਰਤਾ ਅਜੇ ਵੀ ਸ਼ਾਇਦ ਉਹਨਾਂ ਦੀ ਜੇ ਕੋਈ ਧੀ ਭੈਣ ਜਿਉਂਦੀ ਹੋਊਗੀ ਤਾਂ ਉਹ ਉਡੀਕਦੀ ਹੋਊਗੀ ਵੀ ਸ਼ਾਇਦ ਕਦੋਂ ਮੇਰਾ ਕੋਈ ਭਰਾ ਜਾਂ ਜਿਹੜਾ ਪਤੀ ਹੈ ਉਹ ਸ਼ਾਇਦ ਵਾਪਸ ਆਵੇ ਤੁਸੀਂ ਦੱਸਿਆ ਹੀ ਨਹੀਂ ਵੀ ਅਸੀਂ ਮਾਰਤਾ ਉਹਨਾਂ ਨੂੰ ਕਿ ਨਹੀਂ ਮਾਰਿਆ ਪਰ ਮਤਲਬ ਇਹੋ ਜਿਹੇ ਉਸ ਬੰਦੇ ਨੇ ਜਿਹੜੇ ਕੰਮ ਕੀਤੇ ਜੇ ਉਹਨੂੰ ਮਾਰ ਕੇ ਤੇ ਸਾਡੇ ਯੋਧੇ ਜੇਲ੍ਹਾਂ 'ਚ ਬੈਠੇ ਨੇ ਤੇ ਅਸੀਂ ਕਹਿੰਦੇ ਹਾਂ ਵੀ ਉਹ ਬੈਠੇ ਨੇ ਤੇ ਅਸੀਂ ਤੁਹਾਡੇ ਕੋਲ ਕੋਈ ਤਰਲੇ ਨਹੀਂ ਕੱਢਦੇ ਵੀ ਇਹਨਾਂ ਨੂੰ ਛੱਡ ਦਿਓ ਅਸੀਂ ਸਿਰਫ ਇਸ ਗੱਲ ਨੂੰ ਕਹਿਣ ਆਏ ਹਾਂ ਵੀ ਜਿਹੜਾ ਤੁਹਾਡਾ ਕਾਨੂੰਨ ਇੱਕ ਬੰਦੇ ਨੂੰ ਮਾਰਨ ਦੀ ਸਜ਼ਾ ਦਿੰਦਾ ਆ ਇਹ ਉਹ ਲੋਕ ਉਹ ਸਜ਼ਾ ਭੁਗਤ ਚੁੱਕੇ ਨੇ ਹੁਣ ਤੁਸੀਂ ਜਿਹੜੀ ਇਹਨਾਂ ਨੂੰ ਸਜ਼ਾ ਦੇ ਰਹੇ ਹੋ ਨਾ ਇਹ ਉਸ ਤੋਂ ਉੱਪਰ ਆ ਇਹ ਕੋਈ ਇਹ ਤੁਸੀਂ ਮਨੁੱਖੀ ਅਧਿਕਾਰਾਂ ਦਾ ਕਾਣ ਕਰ ਰਹੇ ਹੋ ਅਸੀਂ ਇਹ ਨਹੀਂ ਕਹਿ ਰਹੇ ਵੀ ਤੁਸੀਂ ਜੇਲ੍ਹਾਂ ਹੀ ਕਿਉਂ ਇਹਨਾਂ ਨੂੰ ਫੜ ਕੇ ਦੇ ਤਾ ਸੀ ਦੇ ਤਾ ਤੁਸੀਂ ਆਪਣੇ ਕਾਨੂੰਨ ਮੁਤਾਬਕ ਕੋਈ ਗੱਲ ਨਹੀਂ ਉਹਨਾਂ ਕੱਟੀਆਂ ਆਪਣੀਆਂ ਉਮਰ ਕੈਦਾਂ ਪਰ ਇਹ ਕਿੱਥੋਂ ਦਾ ਇਨਸਾਫ ਆ ਵੀ ਜਦੋਂ ਤੁਹਾਡੇ ਕਾਨੂੰਨ ਦੇ ਮੁਤਾਬਕ ਵੀ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਆ ਜਾਣ ਕੇਂਦਰ ਸਰਕਾਰ ਨੋਟੀਫਿਕੇਸ਼ਨ ਕੱਢ ਦੇ ਤੇ 4 ਸਾਲ ਹੋ ਜਾਣ ਅਜੇ ਵੀ ਸਾਡੇ ਬੰਦੇ ਜੇਲ੍ਹਾਂ 'ਚ ਤੁਰੇ ਫਿਰਨ ਇਹ ਆ ਤੁਹਾਡੇ ਮਨੁੱਖੀ ਅਧਿਕਾਰ ਭਾਈ ਰਾਜੋਆਣੇ ਦੀ ਗੱਲ ਮੈਂ ਖਾਸ ਤੌਰ 'ਤੇ ਕਰਨੀ ਚਾਹੁੰਦਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਇੰਡੀਅਨ ਸਟੇਟ ਨੇ ਦਿੱਤੀ ਸਭ ਤੋਂ ਪਹਿਲੀ ਗੱਲ ਇਹਦੇ 'ਚ ਬੁਨਿਆਦੀ ਇਹ ਗੱਲ ਮੈਂ ਕਰਨੀ ਚਾਹੁੰਦਾ ਫਾਂਸੀ ਦੀ ਸਜ਼ਾ ਬਿਲਕੁਲ ਰੱਦ ਹੋਣੀ ਚਾਹੀਦੀ ਹੈ ਕੱਲੀ ਭਾਈ ਰਾਜੋਆਣੇ ਨੂੰ ਨਹੀਂ ਪੂਰੀ ਦੁਨੀਆ 'ਚ ਖਤਮ ਹੋਣੀ ਚਾਹੀਦੀ ਹੈ ਇਹ ਕਿਸੇ ਜੱਜ ਦੇ ਕੋਲ ਅਧਿਕਾਰ ਨਹੀਂ ਗਾ ਕਿ ਉਹ ਕਿਸੇ ਬੰਦੇ ਦੀ ਜੀਵਨ ਦੇ ਬਾਰੇ ਫੈਸਲਾ ਕਰੇ ਜੱਜ ਕੌਣ ਆ ਰੱਬ ਥੋੜ੍ਹੀ ਹੋ ਗਿਆ ਗਲਤੀ ਨਹੀਂ ਕਰ ਸਕਦਾ ਗਲਤ ਸਜ਼ਾ ਨਹੀਂ ਦੇ ਸਕਦਾ ਕਿਸੇ ਨੂੰ ਫਾਂਸੀ ਦੀ ਅਤੇ ਜੇ ਸੁਣਾ ਸਕਦਾ ਆ ਬੰਦਾ ਗਲਤੀ ਕਰ ਸਕਦਾ ਤਾਂ ਉਹਨੂੰ ਇਹ ਅਧਿਕਾਰ ਕਿਉਂ ਦਿੱਤਾ ਜਾਵੇ ਦੁਨੀਆ ਦੇ 111 ਇਹੋ ਜਿਹੇ ਮੁਲਕ ਨੇ ਜਿੱਥੇ ਤੁਸੀਂ ਕੋਈ ਵੀ ਅਪਰਾਧ ਕਰੋ ਕੋਈ ਵੀ ਮੈਂ ਸ਼ਬਦ ਵਰਤਣ ਡਿਆ ਫਾਂਸੀ ਦੀ ਸਜ਼ਾ ਨਹੀਂ ਹੈਗੀ ਕਿਉਂਕਿ ਉਹ ਮੰਨਦੇ ਨੇ ਕਿ ਜਨਮ ਅਤੇ ਮਰਨ ਅਕਾਲ ਪੁਰਖ ਦੇ ਹੱਥ 'ਚ ਆ ਕੁਦਰਤ ਦੇ ਹੱਥ 'ਚ ਆ ਤਾਂ ਤੁਸੀਂ ਇੱਥੇ ਆਪ ਰੱਬ ਬਣ ਕੇ ਬਹਿ ਗਏ ਹੋ ਵੀ ਜਿਹਨੂੰ ਮਰਜ਼ੀ ਫਾਂਸੀ ਦੀ ਸਜ਼ਾ ਦੇ ਦਿਓ ਫਾਂਸੀ ਦੀ ਸਜ਼ਾ ਮੈਂ ਇਹ ਨਹੀਂ ਕਹਿ ਰਿਹਾ ਕਿ ਭਾਈ ਰਾਜੋਵਾਣੀ ਦੀ ਰੱਦ ਹੋਵੇ ਦੁਨੀਆ ਦੇ ਵਿੱਚ ਇਹ ਸਜ਼ਾ ਬੰਦ ਹੋਣੀ ਚਾਹੀਦੀ ਪਰ ਤੁਸੀਂ ਜੇ ਮੰਨਦੇ ਹੋ ਕਿ ਨਹੀਂ ਜੀ ਅਸੀਂ ਤਾਂ ਦੇਣੀ ਆ ਅਸੀਂ ਰੱਬ ਬਣੇ ਬੈਠੇ ਹਾਂ ਅਤੇ ਉਹਦੇ ਵਿੱਚ ਮੈਂ ਭਾਈ ਰਾਜੋਵਾਣਾ ਦੀ ਪ੍ਰੋੜਤਾ ਕਰਦਾ ਤੁਸੀਂ ਦਿਓ ਯਾਰ ਫਾਂਸੀ ਜੇ ਤੁਹਾਡੇ ਰੱਸਿਆਂ ਨੂੰ ਗੰਢਾ ਨਹੀਂ ਨਾ ਮੁੱਕਿਆ ਤਾਂ ਸਿੱਖਾਂ ਦੇ ਵੀ ਗਲੇ ਨਹੀਂ ਮੁੱਕਣ ਲੱਗੇ ਬੋਲੇ
ਨੂੰ ਫਾਂਸੀ ਤੁਸੀਂ ਦੇਣੀ ਆ ਆਪਣੇ ਕਾਨੂੰਨ ਮੁਤਾਬਕ ਤੇ ਦਿਓ। ਮੈਂ ਉੱਥੇ ਭਾਈ ਰਾਜਵਾਨ ਦੇ ਹੱਕ 'ਚ ਖੜਦਾ ਜਿੱਥੇ ਉਹ ਕਹਿੰਦੇ ਨੇ ਕਿ ਪਟੀਸ਼ਨ ਵਾਪਸ ਲੈਣੀ ਚਾਹੀਦੀ ਹੈ। ਇਹ ਕੋਈ ਤਰਲੇ ਨਹੀਂ ਕੱਢਣੇ ਅਸੀਂ ਇਹਨਾਂ ਦੇ ਅੱਗੇ ਹਾੜੇ ਨਹੀਂ ਕੱਢਣੇ, ਸਗੋਂ ਜੇ ਇਹ ਫਾਂਸੀ ਦੇਣਗੇ ਇੱਕ ਪਾਸੇ ਦੇ ਅਕਾਲ ਪੁਰਖ ਦੇ ਸਾਹਮਣੇ ਨੰਗੇ ਹੋਣਗੇ, ਉੱਥੇ ਆਪਣੇ ਆਪ ਨੂੰ ਨੀਵਾਂ ਸਾਬਤ ਕਰਨਗੇ। ਦੂਜਾ, ਭਾਈ ਰਾਜੋਵਾਨੇ ਦੀ ਸ਼ਹਾਦਤ ਸਾਡੇ ਉਸ ਗੱਲ 'ਤੇ ਮੋਹਰ ਲਾਏਗੀ ਕਿ ਅਸੀਂ ਆਜ਼ਾਦੀ ਦੇ ਪ੍ਰਵਾਨਿਆਂ 'ਤੇ ਅਸੀਂ ਹਿੰਦੁਸਤਾਨ ਤੋਂ ਆਜ਼ਾਦੀ ਲੈਣੀ। ਸੋ ਅਸੀਂ ਭਾਈ ਰਾਜੋਵਾਨੇ ਦੇ ਹੱਕ ਦੇ 'ਚ ਖੜ੍ਹੇ ਹਾਂ। ਇਹਦੇ ਵਿੱਚ ਮੈਂ ਇੱਕ ਗੱਲ ਆਪਣੇ ਲੋਕਾਂ ਨੂੰ ਵੀ ਕਹਿਣੀ ਚਾਹੁੰਦਾ, ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ, ਤੁਸੀਂ ਹੁਣ 31 ਤਰੀਕ ਤੱਕ ਦਾ ਸਮਾਂ ਦਿੱਤਾ ਹੈ ਨਾ ਜਥੇਦਾਰ ਸਾਹਿਬ ਨੇ, ਅਤੇ ਉਹਨਾਂ ਦੇ ਕਹਿਣ 'ਤੇ ਅੱਜ ਭਾਈ ਰਾਜੋਵਾਨੇ ਨੇ ਭੁੱਖ ਹੜਤਾਲ ਬੰਦ ਕਰਤੀ ਹੈ। 31 ਦਸੰਬਰ ਵੀ ਆ ਹੀ ਲਿਓ, ਪਰ 31 ਦਸੰਬਰ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੌਮ ਨੂੰ ਦੇਣ ਦੀ ਪ੍ਰੋਗਰਾਮ ਸੋਚ ਕੇ ਰੱਖਣ। ਇਹ ਨਾ ਹੋਵੇ, ਸਾਨੂੰ ਪਤਾ ਹੈ ਨਹੀਂ ਫਾਂਸੀ ਰੱਦ ਹੋਣੀ, ਵੇਖ ਲਿਓ ਤੁਸੀਂ ਇੱਥੇ ਮੈਂ ਤਾਂ ਇੱਥੇ, ਜੇ ਨਾ ਰੱਦ ਹੋਈ ਤਾਂ ਫਿਰ 31 ਤੋਂ ਬਾਅਦ ਇਹਨੇ ਕਹਿੰਦੇ ਜੇ 31 ਮਾਰਚ ਤੱਕ ਸਮਾਂ ਦਿੱਤਾ ਜਾਂ ਹੁਣ ਭਾਈ ਰਾਜੋਵਾਨਾ ਭੁੱਖ ਹੜਤਾਲ ਕਰ, ਕੋਈ ਠੋਸ ਪ੍ਰੋਗਰਾਮ ਦੇਣ ਦੇ ਜੇ ਲਾਇਕ ਹੋ ਤਾਂ ਹੀ ਇਹ ਗੱਲ ਤੁਹਾਨੂੰ ਕਰਨੀ ਚਾਹੀਦੀ ਸੀ, ਨਹੀਂ ਤਾਂ ਸੱਚ ਇਹ ਆ ਲੋਕਾਂ ਨੇ ਅਕਾਲ ਤਖਤ ਸਾਹਿਬ ਦਾ ਭੈ ਮੰਨਣਾ ਬੰਦ ਕਰ ਦੇਣਾ। ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੇਰੀ ਅਪੀਲ ਆ, ਜੇ ਹੁਣ ਤੁਹਾਡੇ ਕਹਿਣ 'ਤੇ ਭਾਈ ਰਾਜੋਵਾਨੇ ਨੇ ਆਪਣੀ ਭੁੱਖ ਹੜਤਾਲ ਚੁੱਕੀ ਆ ਨਾ, ਅਤੇ ਜਿੱਦਣ ਇਹ ਤੁਹਾਡਾ ਸਮਾਂ ਖਤਮ ਹੋਵੇ ਕੌਮ ਨੂੰ ਕੋਈ ਠੋਸ ਪ੍ਰੋਗਰਾਮ ਦਿਓ, ਅਤੇ ਪ੍ਰੋਗਰਾਮ ਆ ਨਾ ਦਿਓ ਕਿ ਡੀਸੀਆਂ ਨੂੰ ਤੁਰਪੋ ਮੈਮੋਰੈਂਡਮ ਦੇਣ ਸਾਈਨ ਕਰਕੇ ਜਾਂ ਕਾਲੀਆਂ ਪੱਗਾਂ ਬੰਨ ਕੇ। ਬਿਲਕੁਲ ਇਹ ਸਿੱਖਾਂ ਦਾ ਸਾਡਾ ਕਲਚਰ ਨਹੀਂ ਹੈਗਾ। ਡੀਸੀ ਕੌਣ ਹੈ ਯਾਰ, ਮੈਨੂੰ ਦੱਸੋ, ਲੜਾਈ ਅਸੀਂ ਲੜਦੇ ਆਪਣੀ ਆਜ਼ਾਦੀ ਲਈ, ਬੰਦੇ ਗਏ ਨੇ ਆਜ਼ਾਦੀ ਲਈ ਅੰਦਰ, ਅਤੇ ਮੈਮੋਰੈਂਡਮ ਅਸੀਂ ਦੇਣ ਪੱਗਾਂ ਬੰਨ ਕੇ ਕਾਲੀਆਂ ਡੀਸੀ ਤੁਰ ਪਏ ਨੇ। ਇਹ ਕੋਈ ਇਹ ਪ੍ਰੋਗਰਾਮ ਨਹੀਂ ਆਉਣੇ ਚਾਹੀਦੇ ਵੀ ਸਾਈਨ ਕਰਾ ਕੇ ਸੁਪਰੀਮ ਕੋਰਟ 'ਚ ਦੇਵਾਂਗੇ, ਸਾਈਨ ਕਰਵਾ ਕੇ ਉੱਥੇ ਦੇਵਾਂਗੇ, ਦਿੱਤੇ ਨੇ ਕਿੰਨੇ ਲੱਖਾਂ ਦੇ, ਤੁਸੀਂ ਸਾਈਨ ਕਰਾ ਕੇ ਗਵਰਨਰ ਨੂੰ ਦੇ ਤਾ, ਦੱਸੋ ਮੈਨੂੰ ਕੀ ਆ। ਪ੍ਰੋਗਰਾਮ ਉਹ ਦਿਓ ਜਿਹਦੇ ਨਾਲ ਕੌਮ ਇੱਕਜੁੱਟ ਹੋ ਸਕੇ ਅਤੇ ਕੌਮ ਇੱਕਜੁੱਟ ਹੋ ਕੇ ਆਪਣਾ ਸੰਘਰਸ਼ ਵਿੱਢ ਸਕੇ। ਸੋ ਇਹ ਤਾਂ ਭਾਈ ਰਾਜੋਵਾਨੇ ਵਾਲੀ ਗੱਲ ਅਤੇ ਫਾਂਸੀ ਵਾਲੀ ਗੱਲ। ਦੂਜੀ ਗੱਲ ਮੈਂ ਅਗਲੀ ਕਰਨੀ ਚਾਹੁੰਦਾ ਉਹਨਾਂ ਯੋਧਿਆਂ ਦੀ ਜਿਹੜੇ ਇਹਨਾਂ ਦੀਆਂ ਜੇਲ੍ਹਾਂ 'ਚੋਂ ਬਾਹਰ ਨੇ, ਉਹ ਕੌਣ ਨੇ ਜਿਹੜੇ ਆਜ਼ਾਦੀ ਦੀ ਗੱਲ ਤਾਂ ਕਰਦੇ ਆ ਪਰ ਇਹਨਾਂ ਦੇ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਨੇ। ਹੁਣ ਉੱਥੇ ਇੰਡੀਆ ਕੀ ਕਰਦਾ ਆ, ਜਿੱਥੇ ਤਾਂ ਇਹਨਾਂ ਦਾ ਜ਼ੋਰ ਚੱਲਦਾ ਉੱਥੇ ਫੜ ਕੇ ਜਗਤਾਰ ਹਵਾਰਾ ਅਤੇ ਤਾਰਾ ਅਤੇ ਰਾਜੋਵਾਨਾ ਅਤੇ ਭੁੱਲਰ ਹੋਣੀ ਅਤੇ ਦੇ ਜੇਲ੍ਹ ਦੇ ਵਿੱਚ। ਜਿੱਥੇ ਇਹਨਾਂ ਦਾ ਨਹੀਂ ਜ਼ੋਰ ਚੱਲਦਾ ਕਨੇਡਾ ਅਮਰੀਕਾ ਦੇ ਵਿੱਚ, ਉੱਥੇ ਇਹਨਾਂ ਨਵਾਂ ਕੰਮ ਫੜ ਲਿਆ, ਇਹਨਾਂ ਨੇ ਆਪਣੀ ਨਵੀਂ ਪਾਲਿਸੀ ਬਣਾ ਲਈ ਆ, ਜਿੱਥੇ ਤੱਕ ਇਹਨਾਂ ਦਾ ਕਾਨੂੰਨ ਨਹੀਂ ਜਾਂਦਾ ਕਹਿੰਦੇ ਗੋਲੀ ਮਾਰ ਕੇ ਖਤਮ ਕਰ ਦਿਓ। ਨਵਾਂ ਆਪਰੇਸ਼ਨ ਸ਼ੁਰੂ ਕਰ ਲਿਆ ਇੰਡੀਆ ਨੇ, ਇੰਡੀਆ ਵਾਰ ਵਾਰ ਅਖਬਾਰਾਂ ਦੇ ਵਿੱਚ ਪਤਾ ਕੀ ਕਹਿੰਦਾ, ਜੈਸ਼ੰਕਰ ਸਾਹਿਬ ਕਹਿੰਦੇ ਸਾਡੀ ਪਾਲਿਸੀ ਨਹੀਂ ਗੀ। ਦੱਸੋ ਪਾਲਿਸੀ ਔਰ ਕਿੱਦਾਂ ਸਿੱਧ ਹੋਵੇ, ਦੁਨੀਆਂ ਦੇ 2 ਮਚਿਓਰ ਡੈਮੋਕਰੇਟਿਕ ਮੁਲਕ ਅਤੇ ਆਸਟ੍ਰੇਲੀਆ ਉਹਨਾਂ ਦੇ ਮਗਰ ਖੜਿਆ, ਤੁਹਾਨੂੰ ਕਹਿ ਰਿਹਾ ਕਿ ਤੁਹਾਡੇ ਬੰਦਿਆਂ ਨੇ ਹੱਤਿਆਵਾਂ ਕੀਤੀਆਂ ਅਤੇ ਤੁਸੀਂ ਕਹਿੰਦੇ ਸਾਡੀ ਪਾਲਿਸੀ ਨਹੀਂ ਗੀ। ਤੁਹਾਡੀ ਪਾਲਿਸੀ ਸਿਰਫ ਇਹੋ ਹੀ ਨਹੀਂ ਗੀ ਵੀ ਤੁਸੀਂ ਆਪਣੇ ਸਾਡੇ ਬੰਦੇ ਮਾਰਨੇ ਨੇ, ਤੁਹਾਡੀ ਹੁਣ ਇਹ ਪਾਲਿਸੀ ਬਣ ਚੁੱਕੀ ਆ ਕਿ ਸਿੱਖਾਂ ਨੂੰ ਐਕਸਟਰਾ ਜੁਡੀਸ਼ੀਅਲੀ ਮਾਰੋ। ਐਕਸਟਰਾ ਜੁਡੀਸ਼ੀਅਲੀ ਦਾ ਮਤਲਬ ਹੁੰਦਾ ਕਾਨੂੰਨ ਦੇ ਦਾਇਰੇ 'ਚੋਂ ਬਾਹਰ ਕਰਕੇ ਮਾਰੋ, ਵੀ ਇਹਨਾਂ ਦੇ ਕੋਈ ਟ੍ਰਾਇਲ ਨਹੀਂ ਚੱਲੇਗਾ ਜਿੱਥੇ ਮਿਲਦੇ ਨੇ ਗੋਲੀ ਮਾਰਦੇ ਜਿਹੜਾ ਹੱਕ ਦੀ ਗੱਲ ਕਰਦਾ। ਅਤੇ ਆਹ ਮੇਰੇ ਹੱਥ 'ਚ ਇੱਕ ਬੈਨਰ ਆ ਜਿਹਦੇ ਬਾਰੇ ਮੈਂ ਜ਼ਰੂਰ ਗੱਲ ਕਰਨੀ ਚਾਹੁੰਦਾ, ਲਿਖਿਆ ਤਾਂ ਇਹ ਅੰਗਰੇਜ਼ੀ 'ਚ ਆ ਬੇਸ਼ੱਕ ਪਰ ਮੈਂ ਤੁਹਾਨੂੰ ਪੰਜਾਬੀ ਵੀ ਦੱਸੂੰਗਾ ਇਹਦਾ ਮਤਲਬ ਕੀ ਆ। ਇਹ ਫੋਟੋ ਤੁਹਾਡੇ 'ਚ ਬਹੁਤਿਆਂ ਨੂੰ ਨਹੀਂ ਪਤਾ ਹੋਣਾ ਵੀ ਕੌਣ ਹੈ, ਇਹ ਬੰਦਾ ਆ ਸਾਮੰਤ ਗੋਇਲ, ਪੰਜਾਬ ਪੁਲਿਸ ਨੂੰ ਤਾਂ ਪਤਾ ਹੋਣਾ ਭਰਾਵੋ, ਤੁਹਾਡਾ ਤਾਂ ਅਧਿਕਾਰੀ ਰਿਹਾ ਹੈ ਪਹਿਲਾਂ, ਇਹ ਬੰਦਾ ਪੰਜਾਬ ਕੈਡਰ ਦੇ ਵਿੱਚ ਰਿਹਾ ਪਹਿਲਾਂ, ਇੱਥੇ ਉਸ ਟਾਈਮ ਇਹ ਨੌਕਰੀ ਕਰਦਾ ਰਿਹਾ ਜਦੋਂ ਅਸੀਂ ਆਜ਼ਾਦੀ ਦਾ ਸੰਘਰਸ਼ ਲੜਦੇ ਸੀ ਅੰਮ੍ਰਿਤਸਰ ਦੇ ਵਿੱਚ ਵੀ ਇਹਦੀ ਡਿਊਟੀ ਲਈ। ਉੱਥੋਂ ਚੱਲਦਾ ਚੱਲਦਾ ਇਹ ਰੌ ਦੇ ਵਿੱਚ ਗਿਆ ਅਤੇ ਉੱਥੋਂ ਚੱਲਦਾ ਚੱਲਦਾ ਇਹ ਰੌ ਦਾ ਚੀਫ ਬਣਿਆ, ਹੈੱਡ ਬਣਿਆ ਰੌ ਦਾ ਇੰਡੀਆ ਦਾ। ਔਰ ਤੁਸੀਂ ਇਸ ਗੱਲ ਨੂੰ ਮੰਨੋ ਕਿ ਰੌ ਦਾ ਹੈੱਡ ਉਹੀ ਬਣੇਗਾ ਜਿਹੜਾ ਆਪਣੇ ਲੋਕਾਂ ਦਾ ਕਾਣ ਕਰਦਾ ਹੈਗਾ ਅਤੇ ਆਪਣੇ ਲੋਕਾਂ ਦੇ ਹੱਕਾਂ ਦੀ ਆਵਾਜ਼ ਚੁੱਕਣ ਵਾਲਿਆਂ ਨੂੰ ਕੁਚਲਦਾ ਹੈਗਾ, ਇਹ ਉਹ ਸਾਮੰਤ ਗੋਇਲ। ਹੁਣ ਇਹਨੇ ਕੀਤਾ ਕਿ ਮੈਂ ਇਹਦੀ ਫੋਟੋ ਕਿਉਂ ਲਾਈ ਆ, ਇਹ ਇਸ ਕਰਕੇ ਲਾਈ ਆ ਕਿ ਇਸ ਬੰਦੇ ਦਾ, ਇਸ ਅਧਿਕਾਰੀ ਦਾ ਜਿਹੜਾ ਟਨਿਓਰ ਸੀ ਜੌਬ ਦਾ, ਉਹ ਇਸ ਸਾਲ 30 ਜੂਨ ਨੂੰ ਖਤਮ ਹੋਇਆ, ਪਰ ਇਹਦਾ ਟਨਿਓਰ ਇਹ ਤੋਂ 2 ਸਾਲ ਪਹਿਲਾਂ ਖਤਮ ਹੁੰਦਾ ਸੀ ਪਰ ਇਹਨੂੰ 2 ਸਾਲ ਦੀ ਐਕਸਟੈਂਸ਼ਨ ਮਿਲੀ। ਅਤੇ ਉਹਨਾਂ 2 ਸਾਲਾਂ 'ਚ ਇਸ ਬੰਦੇ ਨੇ ਕੀ ਕੀਤਾ ਉਹ ਸਾਡੇ ਸਾਹਮਣੇ, ਪਰਮਜੀਤ ਸਿੰਘ 5 ਵਾਰ ਦਾ ਕਤਲ ਹੋਇਆ ਉਦੋਂ ਚੀਫ ਇਹ, ਭਾਈ ਨਿੱਜਰ ਦਾ ਕਤਲ ਹੋਇਆ ਉਹਨੂੰ ਸ਼ਹੀਦ ਕੀਤਾ ਗਿਆ ਰੌ ਦਾ ਚੀਫ ਇਹ ਸੀ, ਭਾਈ ਅਵਤਾਰ ਸਿੰਘ ਖੰਡੇ ਦੀ ਭੇਦ ਭਰੀ ਹਾਲਾਤ 'ਚ ਮੌਤ ਹੋਈ ਰੌ ਦਾ ਚੀਫ ਇਹ। ਅਸੀਂ ਕਨੇਡਾ ਦੇ ਅਮਰੀਕਾ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਵੀ ਜਿਹੜੀ ਤੁਸੀਂ ਇਨਕੁਆਇਰੀ ਖੋਲ੍ਹੀ ਹੈ ਨਾ ਹੁਣ ਉਹਦੇ 'ਚ ਇਸ ਬੰਦੇ ਦਾ ਨਾਮ ਸ਼ਾਮਿਲ ਕੀਤਾ ਜਾਵੇ, ਇਹ ਤੋਂ ਇਨਕੁਆਇਰੀ ਹੋਵੇ, ਇਹ ਤੋਂ ਪੁੱਛ ਪੜਤਾਲ ਹੋਵੇ, ਇਹ ਤੋਂ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਸਾਨੂੰ। ਔਰ ਕਮਾਲ ਦੀ ਗੱਲ ਇਹਦੇ 'ਚ ਮੈਂ ਤੁਹਾਨੂੰ ਹੋਰ ਲੱਗਾ ਜੇ ਦੱਸਣ, ਇੱਕ ਪੰਨੂ ਵਾਲੀ ਜਿਹੜੀ ਜੁੜਦੀ ਆ ਇਹਦੇ ਨਾਲ, ਪੰਨੂ ਦੀਆਂ ਜਿੰਨੀਆਂ ਜਾਣਕਾਰੀਆਂ ਨਿਕਲੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕੋਸ਼ਿਸ਼ ਕੀਤੀ ਗਈ ਕਿ ਉਹ 30 ਜੂਨ ਤੋਂ ਪਹਿਲਾਂ ਖਤਮ ਕੀਤਾ ਜਾਵੇ। ਕਿਉਂ? ਕਿਉਂਕਿ ਇਸ ਬੰਦੇ ਦਾ ਟਨਿਓਰ 30 ਜੂਨ ਨੂੰ ਖਤਮ ਹੋਣ ਜਾ ਰਿਹਾ ਸੀ ਅਤੇ ਇਹ ਆਪਣੇ ਮੋਢੇ ਦੇ ਇੱਕ ਹੋਰ ਫੀਤੀ ਲਵਾਉਣੀ ਚਾਹੁੰਦਾ ਸੀ
ਵੀ ਜਿਵੇਂ ਮੈਂ ਪੰਜ ਵਾਰ ਮਾਰ ਲਿਆ, ਜਿਵੇਂ ਮੈਂ ਨਿਚਰ ਮਾਰ ਲਿਆ ਨਾ, ਇਵੇਂ ਮੈਂ 30 ਜੂਨ ਤੋਂ ਪਹਿਲਾਂ ਪੰਨੂ ਵੀ ਮਾਰ ਕੇ ਚੱਲਿਆ, ਪਰ ਇਹ ਕਾਮਯਾਬ ਨਹੀਂ ਹੋ ਸਕਿਆ। ਸੋ ਅਸੀਂ ਕੈਨੇਡਾ ਅਤੇ ਅਮਰੀਕਾ ਨੂੰ ਇਸ ਗੱਲ ਦੀ ਅਪੀਲ ਕਰਦੇ ਹਾਂ, ਵੀ ਅਪੀਲ ਦੀ ਕੈਨੇਡੀਅਨ ਐਂਡ ਅਮੈਰੀਕਨ ਗੌਰਮੈਂਟ ਟੂ ਪ੍ਰੋਸੀਕਿਊਟ ਦੈਨ ਰਾ ਚੀਫ, ਉਹ ਕਰੇ ਭਾਈ ਨਿਜਰ ਦੇ ਕੇਸ ਦੇ ਵਿੱਚ ਅਤੇ ਭਾਈ ਪੰਜਵੜ ਦੇ ਕੇਸ ਦੇ ਵਿੱਚ ਅਤੇ ਪੰਨੂ ਵਾਲੇ ਕੇਸ ਦੇ ਵਿੱਚ ਵੀ। ਇਹ ਆ ਇਸ ਬੰਦੇ ਦਾ ਕਿਰਦਾਰ, ਸਾਡੇ ਲੋਕ ਸਮਝੋ ਇਹਨਾਂ ਗੱਲਾਂ ਨੂੰ। ਮੈਂ ਐਵੇਂ ਨਹੀਂ ਫੜੀ ਫਿਰਦਾ ਹੱਥਾਂ ਦੇ ਵਿੱਚ, ਸਾਡੇ ਲੋਕਾਂ ਨੂੰ ਨਹੀਂ ਸੀ ਪਤਾ, ਪਰ ਦੱਸਣਾ ਜ਼ਰੂਰੀ ਸੀ ਕਿ ਪੜਤਾਲ ਹੋਣੀ ਚਾਹੀਦੀ ਹੈ। ਅਗਲੀ ਗੱਲ ਜਿਹੜੀ ਆ ਉਹ ਮੈਂ ਕਰਨੀ ਚਾਹੁੰਦਾ ਕਾਲੀ ਸੂਚੀ ਦੀ, ਆਖਰੀ ਗੱਲ ਆ ਸਿਰਫ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ, ਸਮਾਂ ਮੈਂ ਸਮਝਦਾ ਬਹੁਤ ਹੋ ਗਿਆ। ਇੰਡੀਆ ਨੇ ਕਈ ਸਾਲ ਇੱਕ ਲਿਸਟ ਬਣਾ ਰੱਖੀ, ਕਿਹੜੀ, ਸਿੱਖ ਕਾਲੀ ਸੂਚੀ 'ਚ ਪਾ ਦਿਓ ਜੀ, ਬਣਾਈ ਨਾ ਬਲੈਕ ਲਿਸਟ ਇਹਨਾਂ ਨੇ। ਕਿਉਂ ਬਣਾਈ? ਕਹਿੰਦੇ ਜੀ ਇਹ ਜਿਹੜੇ ਸਿੱਖ ਨੇ ਨਾ ਜਿਹੜੇ ਕਾਲੀ ਸੂਚੀ ਦੇ ਵਿੱਚ ਨੇ, ਇਹ ਪੰਜਾਬ ਦੇ 'ਚ ਬੰਦੇ ਮਾਰਦੇ ਫਿਰਦੇ ਆ। ਸਿੱਧਾ ਜਿਹਾ ਮਤਲਬ ਤਾਂ ਇਹਨਾਂ ਦਾ ਇਹੋ ਹੀ, ਟੈਕਨੀਕਲ ਗੱਲਾਂ ਭਾਵੇਂ ਦੂਜੇ ਪਾਸੇ ਘੁਮਾ ਲਓ, ਵੀ ਇਹ ਪੰਜਾਬ ਦੇ ਵਿੱਚ ਬੰਦੇ ਮਾਰਦੇ ਫਿਰਦੇ ਆ ਦਿਓ। ਅਤੇ ਹੁਣ ਮੈਨੂੰ ਦੱਸੋ ਇੰਡੀਆ ਕੀ ਕਰਨ ਡਿਆ, ਇਹ ਬੰਦੇ ਨਹੀਂ ਮਾਰਨ ਡਿਆ? ਅਤੇ ਜੇ ਇੰਡੀਆ ਹੁਣ ਬੰਦੇ ਮਾਰਨ ਡਿਆ ਨਾ, ਤਾਂ ਸਾਡੀ ਦੁਨੀਆ ਨੂੰ ਅਪੀਲ ਆ, ਸਾਡੀ UN ਨੂੰ ਅਪੀਲ ਆ, ਵੀ ਜੇ ਸਾਡੇ ਬੰਦਿਆਂ ਨੇ ਬੰਦੇ ਮਾਰੇ ਤਾਂ ਤੁਸੀਂ ਇੰਡੀਆ ਨੇ ਕਾਲੀਆਂ ਸੂਚੀਆਂ ਬਣਾ ਲਈਆਂ, ਅਤੇ ਹੁਣ ਇੰਡੀਆ ਨੂੰ ਸਾਰੀ ਦੁਨੀਆ ਕਾਲੀ ਸੂਚੀ 'ਚ ਪਾਵੇ, ਇੰਡੀਆ ਨੂੰ ਬਲੈਕ ਲਿਸਟ ਦੇ ਵਿੱਚ ਸੁੱਟੇ। ਇੰਡੀਆ ਦੇ ਆਲਾ ਅਧਿਕਾਰੀਆਂ ਦਾ, ਇੰਡੀਆ ਦੇ ਆਲਾ ਅਧਿਕਾਰੀ, ਆਲਾ ਅਧਿਕਾਰੀ ਤਾਂ ਮੇਰਾ ਕਹਿਣ ਦਾ ਮਤਲਬ ਸਿਰਫ ਪ੍ਰਾਈਮ ਮਿਨਿਸਟਰ ਆ, ਚੁੱਪ ਬੈਠਾ ਆ। ਮਣੀਪੁਰ ਚੱਕਾ ਲੱਗਿਆ, ਪ੍ਰਾਈਮ ਮਿਨਿਸਟਰ ਸਾਹਿਬ ਚੁੱਪ। ਪੰਜਵਟ ਮਾਰਿਆ ਗਿਆ, ਮੋਦੀ ਸਾਹਿਬ ਚੁੱਪ। ਨਿਚਰ ਮਾਰ ਲਿਆ, ਮੋਦੀ ਸਾਹਿਬ ਚੁੱਪ। ਹੁਣ ਪੰਨੂ ਨੂੰ ਮਾਰਨ ਦੀ ਵਾਰੀ, ਫਿਰ ਇਹ ਚੁੱਪ। ਜੇ ਤੁਸੀਂ ਚੁੱਪ ਹੀ ਰਹਿਣਾ ਤਾਂ ਪ੍ਰਧਾਨ ਮੰਤਰੀ ਕਾਹਦੇ ਲਈ ਬਣੇ ਹੋ ਮੁਲਕ ਦੇ? ਸਿਰਫ ਇਸੇ ਕੰਮ ਨੂੰ ਵੀ ਤੁਸੀਂ ਮਨ ਦੀਆਂ ਗੱਲਾਂ ਕਰਨੀਆਂ ਆਪਣੇ ਦੀਆਂ, ਜਾਂ ਜਿੱਦਣ ਕਾਂਗਰਸ ਦਾ ਕੋਈ MP ਫੜਿਆ ਗਿਆ ਉਦੋਂ ਟਵੀਟ ਕਰਨਾ ਆ? ਜਦੋਂ ਤੁਹਾਡੇ ਮੁਲਕ ਦੇ ਖਿਲਾਫ਼ ਉਂਗਲ ਚੁੱਕੀ ਜਾਂਦੀ ਉਦੋਂ ਕਿਉਂ ਨਹੀਂ ਜੇ ਬੋਲਦੇ? ਕਿਉਂ ਨਹੀਂ ਬੋਲਦੇ? ਕਿਉਂਕਿ ਇਹ ਕਾਣੇ ਨੇ, ਇਹਨਾਂ ਨੇ ਮਰਵਾਏ ਨੇ ਸਾਡੇ ਬੰਦੇ। ਅਤੇ ਜਦੋਂ ਇੰਡੀਆ ਨੇ ਸਾਡੇ ਬੰਦੇ ਮਾਰੇ ਨੇ, ਤਾਂ ਫਿਰ ਇਹਨੂੰ ਵੀ UN ਨੂੰ ਅਸੀਂ ਅਪੀਲ ਕਰਦੇ ਹਾਂ ਕਿ UN ਸ਼ੁੱਡ ਪੁੱਟ ਇੰਡੀਆ ਆਨ ਦੀ ਬਲੈਕ ਲਿਸਟ, ਇਹਨੂੰ ਬਲੈਕ ਲਿਸਟ ਦੇ ਵਿੱਚ ਪਾਇਆ ਜਾਵੇ। ਔਰ ਜਿਹੜੇ ਸਾਡੇ ਬੰਦੇ ਆਪਣੀ ਸੋਚ ਦੇ ਕਾਰਨ, ਜਿਹੜੇ ਤੁਸੀਂ ਫੜੇ ਵੀ ਨੇ ਪੋਸਟਰ, ਆਪਣੀਆਂ ਸੋਚਾਂ ਦੇ ਕਾਰਨ ਜੇਲ੍ਹਾਂ 'ਚ ਨੇ ਨਾ, ਇਹ ਰਿਹਾਅ ਹੋਣੇ ਚਾਹੀਦੇ ਨੇ, ਇਹ ਆਜ਼ਾਦੀ ਦੇ ਹੱਕਦਾਰ ਨੇ। ਸੋ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਕੁਝ ਸੀਮਤ ਸਮੇਂ ਦੇ ਵਿੱਚ ਜ਼ਰੂਰ ਕਰਨੀਆਂ ਚਾਹੁੰਦਾ ਸੀ। ਆਪਣੀ ਕੌਮ ਦੇ 'ਚ ਗੱਲਾਂ ਸਾਨੂੰ ਰੱਖਣੀਆਂ ਪੈਣਗੀਆਂ। ਇਕੱਲਾ ਸੜਕਾਂ 'ਤੇ ਉੱਤਰ ਕੇ ਨਾਅਰੇ ਮਾਰਨ ਵਾਲੇ ਨਹੀਂ ਗਏ ਅਸੀਂ। ਕਈ ਸਾਡੇ ਪੁਲਿਸਾਂ ਨੂੰ ਲੱਗਦਾ ਸ਼ਾਇਦ ਇਹ ਅਨਪੜ੍ਹ ਆ, ਉਦੋਂ ਹੀ ਤੁਰੇ ਫਿਰਦੇ ਨਾਲ ਨਾਅਰੇ ਮਾਰਨੇ ਆਉਂਦੇ। ਅਸੀਂ ਅਨਪੜ੍ਹ ਨਹੀਂ ਗਏ, ਅਸੀਂ ਵੀ ਕੀਤੀਆਂ ਨੇ MSc, ਮਾਸਟਰਸ ਡਿਗਰੀਆਂ ਕੀਤੀਆਂ ਨੇ, ਜੋਬ ਕਰਦੇ ਹਾਂ, ਪ੍ਰੋਫੈਸਰ ਲੱਗੇ ਰਹੇ ਹਾਂ, ਉਦਾਂ ਹੀ ਨਹੀਂ ਤੁਰੇ ਫਿਰਦੇ ਸੜਕਾਂ ਦੇ ਉੱਤੇ। ਅਤੇ ਇਹ ਨਾ ਸੋਚਿਓ ਅਨਪੜ੍ਹ ਨੇ ਇਹਨਾਂ ਨੇ ਸਿਰਫ ਖਾਲਿਸਤਾਨ ਜਿੰਦਾਬਾਦ ਹੀ ਕਹਿਣਾ ਹੁੰਦਾ, ਅਸੀਂ ਤੁਹਾਡੀਆਂ ਪੋਲਸੀਆਂ ਨੂੰ ਵੀ ਸਮਝਦੇ ਹਾਂ। ਕਿਉਂ ਸਮਝਦੇ? ਕਿਉਂਕਿ ਅਸੀਂ ਮੁਲਕ ਚਲਾਉਣ ਦੇ ਹੱਕਦਾਰ ਹਾਂ, ਅਸੀਂ ਪੰਜਾਬ ਨੂੰ ਇੱਕ ਮੁਲਕ ਬਣਾਉਣਾ ਆ, ਇਹ ਪੰਜਾਬ ਦਾ ਸੂਬਾ ਬਣਾ ਕੇ ਨਹੀਂ ਛੱਡਣਾ ਇੰਡੀਆ ਦਾ ਇੱਕ। ਅਤੇ ਜਿਹੜੇ ਲੋਕਾਂ ਨੇ ਮੁਲਕ ਬਣਾਉਣਾ ਹੋਵੇ ਨਾ, ਉਹ ਮਚਿਓਰ ਵੀ ਹੋਣੇ ਚਾਹੀਦੇ ਆ। ਸੋ ਅਸੀਂ ਆਪਣੇ ਲੋਕਾਂ ਨੂੰ ਆਪਣਾ ਪੰਜਾਬ ਇੱਕ ਆਜ਼ਾਦ ਮੁਲਕ ਬਣਾ ਕੇ ਦੇਣਾ, ਅਤੇ ਪੁਲਿਸ ਵਾਲੇ ਭਰਾਵੋ ਤੁਸੀਂ ਇਸ ਗੱਲ ਨੂੰ ਸਮਝ ਲਓ। ਇਹ ਆਵਾਜ਼ਾਂ ਦੱਬਿਆਂ ਆਜ਼ਾਦੀ ਦੀ ਗੱਲ ਨਹੀਂ ਜੇ ਮੁੱਕਣੀ। ਹੋ ਸਕਦਾ ਜਿਹੜੇ ਅੱਜ ਇੱਥੇ ਆਏ ਨੇ, ਮੈਂ ਤੁਹਾਨੂੰ ਅਗਲੀ ਗੱਲ ਦੱਸ ਕੇ ਸਿਰਫ ਆਪਣੀ ਗੱਲ ਨਿਬੇੜਦੇ ਲੱਗਾ, ਜਿਹੜੇ ਸਾਡੇ ਇੱਥੇ ਲੋਕ ਆਏ ਨੇ, ਇਹ ਵੀ ਹੋ ਸਕਦਾ ਹੈ ਕਿ ਅੱਜ ਤੋਂ ਦੋਵਾਂ ਦਿਨਾਂ ਬਾਅਦ ਤੁਹਾਡੇ 'ਤੇ ਪਰਚੇ ਪੈਣ 'ਤੇ ਤੁਹਾਨੂੰ ਫਿਰ ਪੁਲਿਸ ਘਰਾਂ ਦੇ ਵਿੱਚ ਆ ਕੇ ਲੱਭੇ। ਇਹ ਕੋਈ ਵੱਡੀ ਗੱਲ ਨਹੀਂ ਗੀ, ਅਤੇ ਅਸੀਂ ਭੱਜਣਾ ਨਹੀਂਗਾ। ਕਈ ਵਾਰੀ ਸਾਡੇ ਆ ਜਾਂਦਾ ਨਾ ਨੌਜਵਾਨਾਂ 'ਤੇ ਕਦੇ ਪੁਲਿਸ ਦਾ ਹੱਲਾ ਬੋਲਿਆ ਜਾਵੇ ਜਾਂ ਪੁਲਿਸ ਘਰ ਆ ਜਾਵੇ, ਤਾਂ ਵਿਚਾਰੇ ਮੇਰੇ ਵਰਗੇ ਡਰਦੇ ਭੱਜਦੇ ਫਿਰਦੇ ਆ। ਕਿਸੇ ਨੂੰ ਘਰੋਂ ਜਾਣ ਦੀ ਜ਼ਰੂਰਤ ਨਹੀਂ ਗੀ, ਬੈਠੇ ਹਾਂ ਘਰਾਂ ਦੇ ਵਿੱਚ, ਤੁਰਦੇ ਫਿਰਦੇ ਆ ਪੰਜਾਬ ਦੀ ਧਰਤੀ ਦੇ ਉੱਤੇ। ਜਿੱਥੇ ਜੀ ਕਰੂਗਾ ਆ ਕੇ ਅਰੈਸਟ ਕਰਕੇ ਪਾ ਕੇ ਲੈ ਜਾ, ਜੇ ਤੁਹਾਡੀ ਪਾਈ ਗਈ ਉਸ ਅਰੈਸਟ ਇਸ ਗੱਲ 'ਤੇ ਅਸੀਂ ਸੱਚੇ ਹਾਂ, ਤਾਂ ਤੁਸੀਂ ਜ਼ਾਲਮ ਦੇ ਹੱਥ ਵਿੱਚ ਖੜੇ ਹੋ। ਲੜਨ ਵਾਲੇ ਆ ਤਾਂ ਤੁਸੀਂ ਆਜ਼ਾਦੀ ਨੂੰ ਕੁਚਲਣ ਵਾਲੇ ਹੋ। ਸੋ ਜਦੋਂ ਤੱਕ ਪੰਜਾਬ ਆਜ਼ਾਦ ਨਹੀਂ ਹੋ ਜਾਂਦਾ, ਸਾਡਾ ਸੰਘਰਸ਼ ਇਵੇਂ ਹੀ ਚੱਲਦਾ ਰਹੇਗਾ। ਗਜਿੰਦਰ ਸਿੰਘ ਦਾ ਕੀ ਪੈਗਾਮ ਬਣ ਕੇ ਰਹੇਗਾ? ਸੋ ਅਖੀਰ ਦੇ ਵਿੱਚ ਸਿਰਫ ਆਪਾਂ ਆਜ਼ਾਦੀ ਪੱਖੀ ਦੋ ਨਾਅਰੇ ਮਾਰ ਕੇ ਤੁਹਾਡੇ ਕੋਲ ਮੈਂ ਲੈ ਕੇ ਮਾਫ਼ੀ ਮੰਗ ਲੈਣੀ ਆ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਹਰ ਸਿੱਖ ਕੀ ਚਾਹੁੰਦਾ, ਹਰ ਸਿੱਖ ਕੀ ਚਾਹੁੰਦਾ, ਹਰ ਪੰਜਾਬੀ ਕੀ ਚਾਹੁੰਦਾ? ਸੋ ਅਖੀਰ ਤੇ ਸਿਰਫ ਇੱਕ ਗੱਲ ਜਿਹੜੀ ਮੇਰੀ ਰਹਿ ਗਈ, ਮੈਨੂੰ ਮੈਂ ਮਾਫ਼ੀ ਮੰਗਦਾ ਵੀ ਅਖੀਰ ਕਰਦਾ ਮੈਂ ਮਿੰਟ ਤੁਹਾਡੇ 5 ਲੈ ਗਿਆ। ਕੋਈ ਗੱਲ ਨਹੀਂ, ਤੁਸੀਂ ਵੀ ਸਾਨੂੰ ਬਥੇਰਾ ਖੱਜਲ ਖੁਆਰ ਕੀਤਾ, 2 ਮਿੰਟ ਖਲੋ ਜਾਓ। ਸਿਰਫ ਗੱਲ ਅਖੀਰ ਲਈ ਇੰਨੀ ਮੇਰੀ ਸਿਰਫ ਆਪਣੇ ਹਿੰਦੂ ਭਰਾਵਾਂ ਲਈ, ਆਹ ਸਾਡੀ ਇਸ ਜਿਹੜੀ ਰੈਲੀ ਆ ਨਾ, ਇਹਨੂੰ ਬਚਾਉਣਾ ਆ। ਕਈ ਅਲੱਗ ਅਲੱਗ ਗਰੁੱਪਾਂ ਵੀ ਹਿੰਦੂਆਂ ਦੇ ਖਿਲਾਫ਼ ਨਾਅਰੇ ਵੱਜਦੇ, ਖਾਲਿਸਤਾਨ ਜ਼ਿੰਦਾਬਾਦ ਨੂੰ ਪਤਾ ਕੀ ਬਣਾਉਣਗੇ? ਹਿੰਦੂ ਵਿਰੋਧੀ? ਨਹੀਂ, ਅਸੀਂ ਹਿੰਦੂ ਵਿਰੋਧੀ ਨਹੀਂ ਗੇ।
ਆਜ਼ਾਦੀ ਕੱਲੀ ਸਿੱਖਾਂ ਨੇ ਨਹੀਂ ਲੈਣੀ, ਆਜ਼ਾਦੀ ਪੰਜਾਬ ਨੇ ਲੈਣੀ ਆ। ਇਹਦੇ ਵਿੱਚ ਹਿੰਦੂ, ਮੁਸਲਮਾਨ, ਈਸਾਈ, ਕਾਮਰੇਡ ਸਭ ਰਹਿਣੇ ਨੇ। ਔਰ ਮੈਂ ਤਾਂ ਕਰਕੇ ਆਪਣੇ ਲੋਕਾਂ ਨੂੰ ਅਪੀਲ ਕਰਦਾ, ਹਿੰਦੂ ਭਰਾਵੋ, ਜੇ ਤੁਸੀਂ ਗੁਲਾਮੀ ਦੀ ਜ਼ਿੰਦਗੀ ਹੀ ਬਤੀਤ ਕਰਨੀ ਆ ਤਾਂ ਰਹੀ ਚਲੋ ਇੰਡੀਆ ਦੇ ਨਾਲ, ਅਤੇ ਜੇ ਸਵੈ ਮਾਣ ਦੇ ਨਾਲ ਆਜ਼ਾਦੀ ਦੇ ਨਾਲ ਜੀਣਾ ਹੈ ਨਾ ਤਾਂ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਤੁਹਾਨੂੰ ਆਉਣਾ ਪੈਣਾ ਜੀ। ਤੁਹਾਡੇ ਨਾਲ ਹੀ ਖਾਲਿਸਤਾਨ ਚੱਲਣਾ ਆ, ਅਸੀਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਰਾਜ ਕਰਾਂਗੇ। ਤੁਸੀਂ ਮੈਨੂੰ ਦੱਸੋ ਇੰਡੀਆ ਦੇ ਨਾਲ ਰਹਿ ਕੇ ਤੁਹਾਨੂੰ ਕੀ ਮਿਲਿਆ? ਕੋਈ ਇੱਕ ਫਾਇਦਾ ਦੱਸ ਦਿਓ ਵੀ ਹਿੰਦੂ ਭਰਾਵਾਂ ਨੂੰ ਇਹ ਮਿਲ ਗਿਆ ਪੰਜਾਬਦਿਆਂ ਨੂੰ? ਸਿਰਫ ਤੁਹਾਡੇ ਚਾਰ ਕੁ ਬੰਦੇ ਚੁੱਕਦੇ ਨੇ ਸੂਰੀ ਵਰਗੇ ਅਤੇ ਸਾਡੇ ਖਿਲਾਫ਼ ਬੋਲਣ ਲਾ ਦਿੰਦੇ ਨੇ। ਸੋ ਹਿੰਦੂ ਭਰਾਵਾਂ ਦਾ ਵੀ ਪੰਜਾਬ ਦੇ ਵਿੱਚ ਤਾਂ ਹੀ ਮਸਲਾ ਹੱਲ ਹੋਣਾ, ਤਾਂ ਹੀ ਉਹਨਾਂ ਦੀ ਅਗਲੀਆਂ ਪੀੜ੍ਹੀਆਂ ਸੁਧਰਨੀਆਂ ਜੇ ਪੰਜਾਬ ਆਜ਼ਾਦ ਹੋਏਗਾ। ਸੋ ਹਰ ਬੰਦੇ ਨੂੰ ਨਾਲ ਲੈ ਕੇ ਅਸੀਂ ਪੰਜਾਬ ਹਿੰਦੁਸਤਾਨ ਤੋਂ ਆਜ਼ਾਦ ਕਰਾਉਣਾ ਆ। ਇੰਨੀਆਂ ਗੱਲਾਂ ਦੇ ਨਾਲ ਮੈਂ ਖਿਮਾ ਦਾ ਜਾ ਚੁੱਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।